मामला यह जी कल मिती 14 मई जिहड़े चुन्नी चौंकी इंचार्ज है एस आई कश्मीरी लाल का टैलीफोन वसूल होया सीगा एस एच ओ बडाली नरपिंदर पाल सिंह नू बई पिंड रसूलपुर जिहड़ा कि चुन्नी चौंकी की हद पैंदा है बई उत्थे एक व्यक्ति का जिहड़ा आ कतल हो गया खेतां दे विच जिस ते तुरंत एस एच ओ बडाली अला सिंह अपने स्टाफ के नाल उधरली रवाना होए तो रास्ते जिहड़ा मनदीप सिंह जिहड़ा पुत्र जसवंत सिंह है ये मिलाकी होया जिसने दसिया भी उसके पिता जसवंत सिंह का जिहड़ा कतल उसने भतीजे बलजीत सिंह उम्र 24 साल ने कर दिता है खेतां दे विच सिर दे विच तेजधार हथियार के नाल जो बयान दर्ज करन तो बाद एस एच ओ समेत चुन्नी चौंकी इंचार्ज मौके वाली थां ते गए जी जिथे जाके हालात दुरुस्त पाए गए जसवंत सिंह की जिहड़ी लाश है जिसके सिर दे विच काफ़ी सट्टां लगियां होईयां सी जो जापदा सीगा बई तेजधार हथियार नाल लगियां उत्थे लाश खेतां दे विच पई सी जिन्हां ने जो दी कारवाई है वह मुकम्मल की सी। कतलां दा की कारण सी? जिहड़ा कारण हैगा जी जो हुण तक दी तफ्तीश तों इह गल सामने आई है भी जिहड़ा जसवंत सिंह दा सीगा जसवंत सिंह 9 किले जमीन का मालक सीगा जिहड़ी कि पिंड रसूलपुर विखे सीगी जसवंत सिंह ने यह फैमिली दे विच इह सैटल होया सीगा भी इह 3-3 किले जिहड़े आपदे मुंडियां नूं दऊगा भाव मनदीप सिंह नूं ते जिहड़े बाकी 3 किले हैगे आ ਉਹ ਇਹਨੂੰ ਵਸੀਅਤ ਬਣਾਈ ਸੀਗੀ ਇਸਨੇ ਆਪਣੇ ਦੋਨੋਂ ਮੁੰਡਿਆਂ ਨੂੰ 3-3 ਕਿੱਲੇ ਦਊਗਾ ਅਤੇ 3 ਕਿੱਲੇ ਉਹ ਆਪ ਰੱਖੇਗਾ ਅਤੇ ਉਹਨੇ ਇਹ ਵੀ ਇਕਰਾਰ ਕੀਤਾ ਸੀਗਾ ਵੀ ਜਿਹੜਾ ਆ ਮੇਰੀ ਮੌਤ ਤੋਂ ਬਾਅਦ 1.5-1.5 ਕਿੱਲਾ ਹੋਰ ਆ ਜਾਊਗਾ ਯਾਨੀ ਕਿ ਦੋਨੋਂ ਭਰਾਵਾਂ ਨੂੰ 4.5 ਕਿੱਲੇ ਜਗ੍ਹਾ ਆ ਜਾਏਗੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਅਕਿਊਜ਼ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਦਾਦਾ ਸੀਗਾ ਜਸਵੰਤ ਸਿੰਘ ਉਹ ਇਸ ਗੱਲ ਤੋਂ ਮੁਨਕਰ ਹੋ ਗਿਆ ਸੀਗਾ ਅਤੇ ਉਹਨੇ ਰਿਸ਼ਤੇਦਾਰੀ 'ਚ ਇਹ ਗੱਲ ਕਹੀ ਸੀ ਵੀ ਮੈਂ ਇਹ ਜ਼ਮੀਨ ਆਪਣੇ ਇਹਨੂੰ ਨਾਂ ਦੇ ਕੇ ਅਤੇ ਆਪਣੀ ਉਹਦੀ ਚਾਚੀ ਨੂੰ ਆਪਣੀ ਨੌਂਹ ਦੇ ਨਾਂ 'ਤੇ ਕਰਾ ਦੇਗਾ ਜਿਸ ਦਾ ਰੰਜਿਸ਼ ਇਸ ਮੁੰਡੇ ਨੇ ਬਲਜੀਤ ਨੇ ਆਪਣੇ ਮਨ ਵਿੱਚ ਰੱਖ ਲਈ ਅਤੇ ਇਹਨੇ ਪੁੱਛਗਿੱਛ ਦੇ ਵਿੱਚ ਇਕਰਾਰ ਵੀ ਕੀਤਾ ਹੈ ਮੰਨਿਆ ਵੀ ਹੈ ਵੀ ਪਹਿਲਾਂ ਮੈਂ ਆਪ ਆਤਮ ਹੱਤਿਆ ਕਰਨ ਦੀ ਸੋਚੀ ਸੀਗੀ ਇਸ ਗੱਲ ਤੋਂ ਅਤੇ ਲੇਕਿਨ ਫਿਰ ਮੈਂ ਸੋਚਿਆ ਵੀ ਕਿਉਂ ਨਾ ਜਿਹੜਾ ਪਹਾੜੇ ਦੀ ਜੜ੍ਹ ਹੈ ਦਾਦੇ ਨੂੰ ਹੀ ਮੈਂ ਮਾਰ ਦਵਾਂ ਅਤੇ ਇਹ ਇਸਦੇ ਰੰਜਿਸ਼ ਨੂੰ ਆਪਣੇ ਮਨ ਵਿੱਚ ਲੈ ਕੇ ਸਵੇਰੇ 5 ਵਜੇ ਖੇਤਾਂ ਦੇ ਵਿੱਚ ਜਾ ਕੇ ਬੈਠ ਗਿਆ ਹਥਿਆਰ ਦੇ ਨਾਲ ਜਿਹੜਾ ਕਿਰਪਾਨ ਸੀਗੀ ਅਤੇ ਜਦੋਂ ਹੀ ਇਹਦਾ ਦਾਦਾ ਆਇਆ ਬੈਠ ਕੇ ਉਹ ਘਾਹ ਵੰਡ ਹੱਥ ਕੱਟ ਰਿਹਾ ਸੀਗਾ ਅਤੇ ਇਹਨੇ ਜਾ ਕੇ ਸਿਰ ਦੇ ਵਿੱਚ ਵਾਰ ਕੀਤਾ ਪਹਿਲਾਂ ਇਹ ਇਕੱਲਾ ਵੀ ਸੀ ਕਿ ਹੋਰ ਵੀ ਸੀ ਜੋ ਹੁਣ ਤੱਕ ਦੀ ਤਫਤੀਸ਼ ਤੋਂ ਤਾਂ ਇਹ ਬਿਲਕੁਲ ਇਕੱਲਾ ਹੀ ਸੀਗਾ ਜੀ ਉੱਥੇ ਕਿਹਦੇ ਬਿਆਨਾਂ ਦੇ ਪਰਚਾ ਦਾ ਜਿਹੜਾ ਪਰਚਾ ਆ ਉਹ ਮਰਨ ਵਾਲੇ ਦੇ ਬੇਟੇ ਦੇ ਨਾਂ 'ਤੇ ਯਾਨੀ ਕਿ ਜਿਹੜਾ ਮੁੰਡੇ ਦਾ ਚਾਚਾ ਲੱਗਿਆ ਉਹਦੇ ਬਿਆਨ 'ਤੇ ਦਰਜ ਕੀਤਾ ਗਿਆ ਮਨਦੀਪ ਸਿੰਘ ਦੇ ਬਿਆਨ 'ਤੇ ਕੋਈ ਪਹਿਲਾਂ ਵੀ ਕੋਈ ਝਗੜਾ ਕਲੇਸ਼ ਘਰ ਦੇ ਵਿੱਚ ਇਸ ਵਜ੍ਹਾ ਹਾਂ ਇਹਦੇ ਵਿੱਚ ਗਲਤ ਸਮਝੋਗ ਹੈ ਜੀ ਵੀ ਇਹੀ ਮੁੰਡੇ ਨੇ ਜਦੋਂ ਇਹ ਸਿਰਫ 14-15 ਸਾਲ ਦਾ ਸੀਗਾ ਉਦੋਂ ਵੀ ਇਹਨੇ ਇਸ ਰੰਜਿਸ਼ ਤੋਂ ਲੈ ਕੇ ਜ਼ਮੀਨ ਦੀ ਰੰਜਿਸ਼ ਨੂੰ ਲੈ ਕੇ ਆਪਣੇ ਦਾਦੇ ਦੇ ਸੱਟ ਮਾਰੀ ਸੀਗੀ ਵੈਨ ਹੀ ਵਾਜ਼ ਓਨਲੀ 14-15 ਅਤੇ ਲੇਕਿਨ ਉਦੋਂ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਇਹਨਾਂ ਦਾ ਸਮਝੌਤਾ ਕਰਾਤਾ ਸੀਗਾ ਅਤੇ ਕੋਈ ਕਾਗਜ਼ੀ ਕਾਰਵਾਈ ਨਹੀਂ ਅਮਲ 'ਚ ਲਿਆਉਂਦੀ ਗਈ ਸੀਗੀ ਲੇਕਿਨ ਇਹ ਉਦੋਂ ਦਾ ਹੀ ਇਹਦੇ ਮਨ ਦੇ ਵਿੱਚ ਦੁਸ਼ਮਣ ਦੀ ਭਾਵਨਾ ਜਿਹੜੀ ਹੈ ਚੱਲ ਰਹੀ ਸੀਗੀ ਮਰਨ ਵਾਲੇ ਦੀ ਕਿੰਨੀ ਉਮਰ ਸੀ ਮਰਨ ਵਾਲੇ ਦੀ ਉਮਰ ਤਕਰੀਬਨ 60-65 ਸਾਲ ਪਲੱਸ ਅਤੇ ਸਰ ਹੁਣ ਇਹਦੀ ਦੋਸ਼ੀ ਦੀ ਉਮਰ ਕਿੰਨੀ ਹੈ ਜੀ 24 ਸਾਲ ਇਹ ਗੱਲ ਹਾਲੇ ਤੱਕ ਕੋਈ ਇਹੋ ਜਿਹੀ ਗੱਲ ਤਫਤੀਸ਼ ਦੇ ਵਿੱਚ ਸਾਹਮਣੇ ਨਹੀਂ ਆਈ ਹੈਗੀ ਵੀ ਇਹਦੇ ਨਾਲ ਕੋਈ ਹੋਰ ਸੀਗਾ ਫਿਰ ਵੀ ਜਿਹੜੇ ਅੱਜ ਵੀ ਅਸੀਂ ਇਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਅਤੇ ਉਹਦੇ ਵਿੱਚ ਰਿਮਾਂਡ ਦੇ ਵਿੱਚ ਵੀ ਇਹੀ ਗੱਲ ਲਿਖੀ ਗਈ ਹੈ ਵੀ ਇਹੀ ਚੀਜ਼ ਚੈੱਕ ਕਰਨੀ ਹੈ ਵੀ ਇਹਦੇ ਨਾਲ ਕੋਈ ਸ਼ਮੂਲੀਅਤ ਹੈਗੀ ਹੈ ਕਿਸੇ ਹੋਰ ਦੀ ਇਹੀ ਕਾਰਨ ਆ ਅੱਜ ਦਾ ਰਿਮਾਂਡ ਲੈਣ ਦਾ ਜੀ 2 ਦਿਨ ਦਾ ਰਿਮਾਂਡ ਲਿਆ ਗਿਆ ਇਹਦੇ ਵਿੱਚ ਗੱਲ ਹੋਰ ਦੱਸਣਾ ਚਾਹੁੰਦਾ ਵੀ ਜਿਹੜਾ ਨੇ ਹਥਿਆਰ ਵਰਤਿਆ ਸੀਗਾ ਉਹ ਇਹਦੀ ਬਰਾਮਦਗੀ ਕਰਾ ਲਈ ਗਈ ਹੈ ਅਤੇ ਇਹ ਲੜਕੇ ਨੂੰ ਵੀ ਅਸੀਂ ਜਿਹੜਾ ਅਰੈਸਟ ਕਰ ਲਿਆ ਹੈਗਾ ਚੁੰਨੀ ਲਾਟ ਆਪਣਾ ਬਡਾਲੀ ਰੋਡ ਦੇ ਉੱਪਰ ਜਿਹੜਾ ਭੂੜੇ ਦੇ ਢਾਬੇ ਦੇ ਕੋਲ ਇਹਦੀ ਅਰੈਸਟ ਪਾ ਲਈ ਗਈ ਹੈ।